ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਅਸੀਂ ਵੀ ਠੀਕ ਹਾਂ ਜੀ। ਅਤੇ ਟਾਈਮ ਹੋ ਗਿਆ ਜੀ 10 ਵਜੇ ਦਾ, ਹਾਂ 10:30 ਦਾ, ਅਤੇ ਅੱਜ ਬਾਸੀ ਸਾਹਿਬ ਘਰ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਤੁਸੀਂ ਕੱਲ੍ਹ ਵਾਲੇ ਵਲੋਗ 'ਚ ਦੇਖਿਆ ਕਿ ਦਮਨ ਸਿਮਰਨ ਦੀ ਯਾਦ ਆਉਂਦੀ, ਦਮਨ ਗਗਨ ਫਤਿਹ ਸਾਰੇ ਚਲੇ ਗਏ, ਅਮਨ ਹੋਰੀ ਆਏ ਸੀ ਲੈ ਗਏ, ਅਤੇ ਅਸੀਂ ਇਕੱਲੇ, ਅਤੇ ਸਾਡਾ ਬਿਲਕੁਲ ਵੀ ਦਿਲ ਨਹੀਂ ਲੱਗ ਰਿਹਾ ਘਰ 'ਚ। ਅਤੇ ਅਸੀਂ ਹੁਣ ਚੱਲੇ ਹਾਂ ਜੀ ਸੁਨਾਮ, ਸਾਨੂੰ ਥੋੜ੍ਹਾ ਜਿਹਾ ਕੰਮ ਹੈ, ਅਵਤਾਰ ਨੂੰ ਆਪਣੇ ਆਫਿਸ ਦਾ ਕੰਮ ਹੈ। ਅਤੇ ਮੈਂ ਕਿਹਾ ਚਲੋ ਮੈਂ ਇਕੱਲੀ ਨਾ ਘਰੇ ਕੀ ਕਰਨਾ, ਮੈਂ ਵੀ ਨਾਲ ਹੀ ਚੱਲਣੀ ਹਾਂ, ਇੱਕ ਦੋ ਮੈਨੂੰ ਕੰਮ ਨੇ ਉਹ ਵੀ ਕਰਕੇ ਆਉਣੇ ਨੇ, ਅਤੇ ਆਪਾਂ ਰੈਡੀ ਹੋ ਗਏ ਹਾਂ। ਅਤੇ ਸਿਰ 'ਤੇ ਸਕਾਸਕੂ ਬਣ ਲਿਆ ਕਿ ਕੱਲ੍ਹ ਦਾ ਬਿਮਾਰ ਹੋਏ ਪਏ ਹਾਂ ਫਿਰ ਹਵਾ 'ਚ ਜਾ ਕੇ। ਪਤਾ ਨਹੀਂ ਇਸ ਵਾਰ ਕਿਹਾ ਜੀ ਹਵਾ ਚੱਲੀ ਹੈ, ਸਾਰੀ ਬਿਮਾਰ ਹੋਈ ਯਾਰ। ਖੰਘ ਤਾਂ ਮੈਂ ਕੱਲ੍ਹ ਡਾਕਟਰ ਦੇ ਵੀ ਗਿਆ ਸੀ, ਸਾਰੇ ਜਿੰਨੇ ਮੈਂ ਖੰਘ ਛਿੜੀ ਹੈ ਜੀ, ਖੰਘ ਛਿੜੀ ਹੈ, ਖੰਘ ਪ੍ਰੋਬਲਮ ਹੈ। ਅਤੇ ਆਪਾਂ ਵੀ ਜੀ ਰੈਡੀ ਹਾਂ, ਆਪਾਂ ਸਿਰ 'ਤੇ ਸਕਾਫ ਬਣ ਲਿਆ, ਮੈਂ ਕਿਹਾ ਸਕੂਟੀ 'ਤੇ ਹਵਾ ਪੈਣੀ, ਆਪਾਂ ਸਕੂਟੀ 'ਤੇ ਜਾਣਾ, ਅਤੇ ਸਕੂਟੀ ਨਾਲ ਛਾਲ ਵੀ ਰੱਖ ਲੈਂਦੇ ਹਾਂ, ਹੈ ਨਾ। ਅਤੇ ਬਸ ਮੈਂ ਥੱਲੇ ਦੀ ਸਵੈਟਰ ਪਾਇਆ ਅਤੇ ਆਹ ਉੱਤੋਂ ਦੀ ਪਾ ਲਈ ਕਿ ਚਲੋ ਜੇ ਗਰਮੀ ਹੋਈ ਤਾਂ ਆਪਾਂ ਲਾ ਵੀ ਦੇਵਾਂਗੇ। ਦਰਵਾਜ਼ਾ ਦਰਵਾਜ਼ਾ ਲਾ ਦਿਓ, ਅੱਜ ਜਿਹੜਾ ਬ੍ਰੇਕਫਾਸਟ ਉਹ ਵੀ ਨਹੀਂ ਬਣਾਇਆ, ਸਾਰੀਆਂ ਸਬਜ਼ੀਆਂ ਸੁਬਜ਼ੀਆਂ ਖਤਮ ਹੈ, ਬ੍ਰੇਕਫਾਸਟ ਵੀ ਅਸੀਂ ਰਾਹ 'ਚ ਹੀ ਕਰਾਂਗੇ। ਚੱਲੀਏ, ਚਲੋ ਚਲੋ ਜੀ, ਆਪਾਂ ਚੱਲੇ, ਰੈਡੀ ਹੋ ਗਏ, ਤਾਰ ਚਲੇ ਗਏ ਥੱਲੇ, ਅਤੇ ਆਹ ਵੀ ਚੱਲੀ ਹੈ, ਮੈਂ ਪਾ ਲਈ ਸਿਰ 'ਤੇ, ਚਲੋ ਤੁਹਾਨੂੰ ਦੇ ਦਾਂਗੇ। ਐਕਸਟਰਾ ਲਿਆਉਣੀ ਸੀ ਨਾ, ਐਕਸਟਰਾ ਤਾਂ ਨਹੀਂ ਲਿਆਂਦੀ, ਸ਼ਰਾਮ ਤੋਂ ਆ ਗਏ ਸੀ ਅਸੀਂ, ਤੇ ਅੱਜ ਮੈਂ ਉਤਾਰ ਲਾਇਆ ਕਿ ਮੇਰੀ ਹੈਲਪ ਕਰੋ ਕਿਚਨ 'ਚ, ਤੇ ਲੱਗੇ ਪਏ ਨੇ, ਹਾਂ ਨਹੀਂ ਚਮਚ ਨਾ ਕਰੋ ਪਹਿਲਾਂ, ਚਮਚੇ ਨਾਲ ਇੱਧਰ ਆਪਾਂ ਲਸਣ ਪਿਆਜ਼ ਕੱਟਣ ਲੱਗੇ, ਸਬਜ਼ੀ ਬਣਾਉਣੀ ਹੈ। ਚਲੋ ਜੀ, ਸਬਜ਼ੀ ਸੁਬਜ਼ੀ ਆਪਾਂ ਬਣਾ ਲਈ ਸੀ, ਅਤੇ ਇੱਧਰ ਆਪਾਂ ਟਾਈਮ ਹੋਗਾ ਚਾਹ ਦਾ, ਇਹ ਹੈਗਾ ਨੈਕਸਟ ਡੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਘਰ ਦੇਖੋ ਜੀ ਸ਼ਾਂਤੀ ਤੁਹਾਨੂੰ ਲੱਗਦੀ ਹੋਣੀ, ਘਰ ਕੋਈ ਨਹੀਂ ਹੈਗਾ, ਜਿਵੇਂ ਤੁਸੀਂ ਵਲੋਗ 'ਚ ਦੇਖਿਆ ਕਿ ਦਮਨ ਚਲੇ ਗਈ ਹੈ, ਅਤੇ ਮੈਂ ਹੈਗੀ ਹਾਂ ਇਕੱਲੀ, ਅਤੇ ਬਾਹਰ ਦਾ ਮੌਸਮ ਅੱਜ ਬੱਦਲ ਬਣਿਆ ਹੋਇਆ, ਅਤੇ ਉਹਨਾਂ ਚਿਰ ਮੈਂ ਚਾਹ ਪੀ ਲਾਂ, ਆਪਾਂ ਪੀ ਲਈਏ ਚਾਹ, ਅਤੇ ਤੁਸੀਂ ਦੇਖੋ ਦਮਨ ਕੀ ਕਰਦੀ ਹੈ, ਦਮਨ ਅਤੇ ਗਗਨ ਅਤੇ ਅਮਨ ਤਾਂ ਪਹਿਲਾਂ ਦਾ ਬਾਜ਼ਾਰ ਹੈ, ਆਪਣੀ ਚਾਹ ਵੀ ਉੱਬਲ ਗਈ। ਫਤਿਹ ਦੀ ਵਾਰੀ, ਫਤਿਹ ਵਾਰੀ, ਮੇਰਾ ਆ ਪਾਣਾ ਚਾਹ, ਓਹੋ ਜਾ ਫਤਿਹ, ਤੁਹਾਨੂੰ ਕਦੋਂ ਆਉਣ ਹੋਊਗਾ ਇਹ ਗਾਈਸ। ਹੁਣ ਆਪਾਂ ਖੇਡ ਰਹੇ ਹਾਂ ਕੈਰਮ ਬੋਰਡ, ਸਰ ਮੇਰੀ ਹੈ ਫਤਿਹ, ਮੇਰੀ ਵਾਰੀ ਹੈ, ਤੇ ਮਾਸੀ ਇੱਥੇ ਬੈਠੇ ਨੇ, ਮੇਰੀ ਹੈ, ਉਹ ਤਾਂ ਗਈ, ਰਿਕਰੋਲਾ ਪਾ ਰਹੇ ਹੋ, ਰਿਕਰੋਲਾ ਹੋ ਗਿਆ, ਹੁਣ ਕੀ ਹੋ ਗਿਆ, ਬੋਲੀ ਨਾ, ਐਕਸਚੇਂਜ ਹੋ ਗਿਆ, ਹੁਣ ਨਹੀਂ ਨਹੀਂ ਐਕਸਚੇਂਜ ਐਕਸਚੂਂਜ ਕੁਛ ਨਹੀਂ ਹੋਇਆ। ਨਹੀਂ ਭਾਈ, ਮੇਰੀ ਹੈ, ਮੇਰੀ ਗਾਈਸ, ਆ ਦੇਖੋ 1 2 3 4 5 6 7 8 9 10 10 ਪਾ ਚੁੱਕਿਆ ਬੋਲੀ, ਚਲ ਤੁਸੀਂ 10 ਮੇਰੀਆਂ 1 2 3 4 5 6 7 8 9 9 ਹੁਣ ਮੇਰੀ ਆ ਗਈ ਵਾਰੀ, ਮੁਸ਼ਕਲ ਹੀ ਪਊਗਾ ਇੱਧਰ, ਇਹ ਜਾ ਦਮਨ, ਫਤਿਹ ਨਹੀਂ ਫਤਿਹ ਨਾ, ਫਤਿਹ ਨਾ, ਨਾ 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 ਯੈਸ ਯਾਰ ਯੈਸ, ਓ ਲੈ ਜਾ ਫਤਿਹ ਜਾ ਯਾਰ, ਫੜ ਕੋਈ ਨਾ ਹੁਣ ਪਾ ਜਿਹੜੀ ਪਾਣੀ ਹੈ, ਲੈ ਜਾ ਯਾਰ, ਓਏ ਹੋਏ 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 ਓਏ ਹੋਏ ਹੋਏ, ਕਰਦੇ ਜਿਹੜੀ ਪੈੜੀ ਤੇ ਦੂਸਰੀ ਕਿੱਥੇ ਪੈੜੀ, ਹਾਂ ਸਹੀ ਗੱਲ ਹੈ।
ਆਏ ਯਾਰ ਆਹ ਰਹਿ ਗਈ ਬਸ ਮਾੜੀ ਜੀ, ਚੱਲ ਨਾ ਹੁਣ ਪਾ ਰਿਹਾ ਧੰਨਵਾਦ ਓ ਜਾ ਫਤਿਹ ਅੰਡੇ ਆ ਭਾਈ ਲਓ ਜੀ ਆਪਾਂ ਰੈਡੀ ਹੋ ਗਿਆ ਜਿਮ ਜਾਣ ਵਾਸਤੇ ਅਤੇ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਨਹੀਂ ਸੀ ਕੀਤੀ ਕਿ ਮੈਂ ਨਾ ਹੁਣ ਅੱਜ ਫਸਟ ਡੇ ਹੈ ਜਿਮ ਜੁਆਇਨ ਕਰਨ ਲੱਗੀ ਹਾਂ ਉਹ ਇਸ ਕਰਕੇ ਕਿ ਰੋਜ਼ ਕਦੇ ਨਾ ਕਦੇ ਕੁਛ ਦੁਖਦਾ ਕਦੇ ਕੁਛ ਦੁਖਦਾ ਕਦੇ ਸਰਵਾਈਕਲ ਹੋ ਗਿਆ ਕਦੇ ਬੈਕ ਪੇਨ ਹੋ ਗਈ ਅਤੇ ਥੋੜ੍ਹੀ ਬਹੁਤੀ ਆਪਾਂ ਐਕਸਰਸਾਈਜ਼ ਕਰਾਂਗੇ ਅਤੇ ਸੈੱਟ ਰਹਾਂਗੇ ਅਤੇ ਘਰ ਵੀ ਫ੍ਰੀ ਹੁੰਦੀ ਹਾਂ ਮੈਂ ਅਤੇ ਮੈਂ ਕਿਹਾ ਚਲੋ ਮੈਂ ਸ਼ਾਮ ਨੂੰ ਜਾਇਆ ਕਰਾਂਗੀ ਅਤੇ ਅਵਤਾਰ ਔਫਿਸ ਤੋਂ ਹੀ ਉੱਧਰ ਆ ਜਾਇਆ ਕਰਨਗੇ ਅਤੇ ਟਾਈਮ ਹੋ ਗਿਆ ਜੀ 5 ਵਜੇ ਦਾ 5 ਵੱਜ ਗਏ ਨੇ 5:30 ਵਜੇ ਮੈਂ ਘਰੋਂ ਨਿਕਲਾਂਗੀ ਪਹਿਲਾਂ ਮੈਂ ਸਬਜ਼ੀ ਬਣਾ ਲਾਂ ਸਬਜ਼ੀ ਬਣਾ ਕੇ ਰੱਖ ਜਾਂਗੀ ਆ ਕੇ ਸਿਰਫ ਫੁਲਕੇ ਲਾ ਲਾਂਗੀ ਅਤੇ ਬਾਕੀ ਦੇਖਦੇ ਹਾਂ ਜਿਮ ਲੱਗ ਕੇ ਕਿੰਨਾ ਕੁ ਫਰਕ ਪੈਂਦਾ ਅਤੇ ਕਾਫੀ ਟਾਈਮ ਹੋ ਗਿਆ ਜਦੋਂ ਅਸੀਂ ਪਟਿਆਲੇ ਸੀ ਉਦੋਂ ਜਿਮ ਲੱਗੀ ਸੀ ਮੈਂ ਅਤੇ ਉਦੋਂ ਕਦੇ ਕੁਛ ਨਹੀਂ ਦੁਖਿਆ ਜਦੋਂ ਦੀ ਜਿਮ ਛੱਡੀ ਹੈ ਨਾ ਉਦੋਂ ਦਾ ਮੈਂ ਨਹੀਂ ਪੁੱਛੋ ਨਾ ਕਦੇ ਕੁਛ ਕਦੇ ਕੁਛ ਅਤੇ ਇਸ ਕਰਕੇ ਡਿਸਾਈਡ ਕੀਤਾ ਅਵਤਾਰ ਕਹਿੰਦੇ ਰੋਜ਼ ਰੋਜ਼ ਨਾਲੋਂ ਚੰਗਾ ਇੱਕੋ ਵਾਰੀ ਜੇ ਜੇ ਅਸੀਂ ਡਾਕਟਰਾਂ ਦੇ ਇੰਨੇ ਪੈਸੇ ਲਾ ਸਕਦੇ ਹਾਂ ਤਾਂ ਚਲੋ ਜਿਮ ਦੇ ਕਿਉਂ ਨਹੀਂ ਲਾ ਸਕਦੇ ਦੇਖਦੇ ਹਾਂ ਜੁਆਇਨ ਕਰਦੇ ਹਾਂ ਦੇਖਦੇ ਹਾਂ ਕੀ ਰਿਜ਼ਲਟ ਮਿਲਦਾ ਬਸ ਬਣੇ ਰਹੋ ਵਲੋਗਾਂ ਦੇ ਵਿੱਚ ਅਤੇ ਜੇ ਉੱਥੇ ਵਲੋਗ ਸ਼ੂਟ ਹੋਇਆ ਤਾਂ ਮੈਂ ਜ਼ਰੂਰ ਕਰਾਂਗੀ ਅਤੇ ਬਸ ਆਪਣੀ ਤਿਆਰੀ ਹੈ ਜੀ ਆਪਾਂ ਰੈਡੀ ਹੋ ਗਏ ਹਾਂ ਆਪਾਂ ਲੋਅਰ ਟੀ ਸ਼ਰਟ ਪਾ ਲਈਏ ਦੇਖੋ ਅਤੇ ਮੈਂ ਅਵਤਾਰ ਨੂੰ ਫੋਨ ਕੀਤਾ ਸੀ ਅਵਤਾਰ ਕਹਿੰਦੇ 5:30 ਚਲੀ ਜਾਈ 5 ਵਜੇ ਜਿਮ ਖੁੱਲ੍ਹਦੀ ਹੈ ਅਤੇ ਬਸ ਮੈਂ ਉਹਨਾਂ ਨੂੰ ਸਬਜ਼ੀ ਨੂੰ ਤੜਕਾ ਲਾ ਲਾਂ ਸਾਰੀ ਰੈਡੀ ਸਿਰਫ ਸਬਜ਼ੀ ਨੂੰ ਤੜਕਾ ਲਾ ਕੇ ਆਟਾ ਗੁੰਨ ਕੇ ਰੱਖ ਜਾਂਗੇ ਅਤੇ ਆ ਕੇ ਫੁਲਕੇ ਲਾ ਲਾਂਗੇ ਅਤੇ ਚਲੋ ਚਾਹ ਚੂ ਆਪਾਂ ਨੇ ਪੀ ਲਈਏ ਅਤੇ ਬਸ ਹੁਣ ਮੈਂ ਤੜਕਾ ਲਾ ਕੇ ਸਬਜ਼ੀ ਨੂੰ ਫਿਰ ਆਪਾਂ ਨਿਕਲਦੇ ਹਾਂ ਜਿਮ ਲਈ ਅਤੇ ਫਤਿਹ ਹੋਰਾਂ ਨੂੰ ਤੁਸੀਂ ਦੇਖਿਆ ਕੈਰਮ ਬੋਰਡ ਚੱਲ ਰਿਹਾ ਕੈਰਮ ਬੋਰਡ ਖੇਡਣ ਲੱਗੇ ਪਏ ਨੇ ਦਮਨ ਅਤੇ ਉਹ ਅਤੇ ਮੈਂ ਦਮਨ ਨੂੰ ਕਹਿ ਰਹੀ ਸੀ ਦਮਨ ਦਾ ਹੈਗਾ 29 ਨੂੰ ਸਕੂਲ ਅਤੇ ਮੈਂ ਕਹਿ ਰਹੀ ਸੀ ਤੂੰ ਵਾਪਸ ਆ ਜਾਈ ਅਤੇ ਨਾਲ ਸਾਡਾ ਵੀ ਇਕੱਲਿਆਂ ਦਾ ਦਿਲ ਨਹੀਂ ਲੱਗਦਾ ਹੈਗਾ ਅਤੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਕਮੈਂਟ ਆਏ ਸਾਰਿਆਂ ਦਾ ਦਿਲੋਂ ਥੈਂਕ ਯੂ ਅਤੇ ਕਿਉਂ ਕਮੈਂਟ ਰਿਪਲਾਈ ਕਰਨ ਨੂੰ ਨਾ ਥੋੜ੍ਹਾ ਜਿਹਾ ਟਾਈਮ ਨਹੀਂ ਲੱਗ ਰਿਹਾ ਬਸ ਥੋੜ੍ਹੇ ਬਿਮਾਰ ਹੋਣ ਕਰਕੇ ਇੱਧਰ ਉੱਧਰ ਫਟਾਫਟ ਐਂ ਹੁੰਦਾ ਰੋਟੀ ਰੋਟੀ ਬਣਾਓ ਕੰਮ ਕਰੋ ਅਤੇ ਥੋੜ੍ਹਾ ਚਿਰ ਰੈਸਟ ਕਰ ਲਈਏ ਅਤੇ ਕੋਈ ਗੱਲ ਨਹੀਂ ਜਿਨ੍ਹਾਂ ਦੇ ਰਿਪਲਾਈ ਨਹੀਂ ਹੋਏ ਤਾਂ ਮੈਂ ਜ਼ਰੂਰ ਰਿਪਲਾਈ ਕਰਾਂਗੀ ਅਤੇ ਇੱਧਰ ਜਿਹੜਾ ਆਪਣੀ ਹਰਮੀਤ ਦੀਦੀ ਨੇਲ ਪੇਂਟ ਭੇਜੇ ਸੀ ਅਤੇ ਅੱਜ ਮੈਂ ਲਾਏ ਨੇ ਆਹ ਕਲਰ ਲਾਇਆ ਪਿੰਕ ਆਹ ਲਾਇਆ ਲਾਈਟ ਜਿਹਾ ਨਹੀਂ ਆਹ ਲਾਇਆ ਹਾਂ ਇਹ ਡਾਰਕ ਆਹ ਲਾਇਆ ਮੈਂ ਕਿਹਾ ਚੱਲ ਆਪਾਂ ਜਾਣਾ ਅੱਜ ਜਿਮ ਅਤੇ ਅੱਜ ਨੇਲ ਪੇਂਟ ਲਾ ਕੇ ਚੱਲਦੇ ਹਾਂ ਅਤੇ ਹਾਂਜੀ ਆਪਾਂ ਹੋ ਗਿਆ ਜੀ ਰੈਡੀ ਅਤੇ ਸਬਜ਼ੀ ਆਪਣੀ ਬਣ ਗਈ ਹੈ ਅਤੇ ਅੱਜ ਫਸਟ ਡੇ ਆ ਪਤਾ ਨਹੀਂ ਕੀ ਇੱਕ ਤਾਂ ਮੈਨੂੰ ਇੰਨਾ ਪਤਾ ਕਿ ਜਦੋਂ ਉਦੋਂ ਜਿਮ ਲੱਗੇ ਸੀ ਅਤੇ ਇੱਕ ਬੋਟਲ ਲੈ ਲਈ ਪਾਣੀ ਦੀ ਆਪਾਂ ਨੇ ਇਹ 'ਚ ਕੋਸਾ ਕਰਕੇ ਪਾਣੀ ਪਾ ਲਿਆ ਅਤੇ ਨਾਲ ਇੱਕ ਲੈ ਲਿਆ ਆਪਾਂ ਨੇ ਹੈਂਕੀ ਟਾਵਲ ਕਿ ਪਸੀਨਾ ਪਸੂਨਾ ਹੁੰਦਾ ਤਾਂ ਪਹੁੰਚ ਲਾਂਗੇ ਵੈਸੇ ਠੰਡ ਬੜੀ ਹੈ ਪਸੀਨਾ ਆਉਂਦੀ ਅਤੇ ਕੋਈ ਨੋਬਤ ਨਹੀਂ ਹੋਣੀ ਅਤੇ ਬਸ ਆਪਾਂ ਰੈਡੀ ਹਾਂ ਬਾਕੀ ਹੌਲੀ ਹੌਲੀ ਦੇਖੋ ਜਿਮ ਜਾ ਕੇ ਕੀ ਡਾਇਟ ਦਿੰਦੇ ਨੇ ਕੀ ਕਰਦੇ ਨੇ ਡਾਇਟ ਫੋਲੋ ਕਰ ਪਾਵਾਂਗੇ ਕਿ ਨਹੀਂ ਜੋ ਵੀ ਹੋਇਆ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਅਤੇ ਬਸ ਆਪਾਂ ਰੈਡੀ ਹਾਂ ਅਤੇ ਇੰਨਾ ਚਿਰ ਮੈਨੂੰ ਦਮਨ ਦਾ ਫੋਨ ਆ ਗਿਆ ਤੁਸੀਂ ਦਮਨ ਹੋਰਾਂ ਦੇਖੋ ਪਤੰਗ ਪਤੁੰਗ ਚੜ੍ਹਾਉਣ ਲੱਗੇ ਨੇ ਪੂਤ ਉੱਡ ਰਿਹਾ ਤੇਰੇ ਵਰਗਾ ਕੀ ਅੱਛਾ ਸਕੂਲ ਦੀ ਯੂਨੀਫਾਰਮ ਤਾਂ ਉਤਾਰ ਲੈਂਦਾ ਯਾਰ ਉਹਨੇ ਵੀ ਨਹੀਂ ਤਾਰੀ ਤੂੰ ਵੀ ਨਹੀਂ ਤਾਰੀ ਤੇ ਫਤਿਹ ਕੌਣ ਸੀਗੀ ਨੀਚੇ ਮੈਂ ਨਹੀਂ ਆਉਂਦੀ ਹੁਣ ਦੁਬਾਰਾ ਉੱਤੇ
ਜੀ ਸਾਰਿਆਂ ਨੂੰ ਜੀ ਸਾਰੇ ਜਿਹੜੇ ਤੁਸੀਂ ਮੈਨੂੰ ਆਲ ਦਾ ਬੈਸਟ ਕਹੋ, ਬੈਸਟ ਆਫ ਲੱਕ ਕਹੋ ਕਿ ਅੱਜ ਮੈਂ ਫਸਟ ਡੇਟ ਜਿਮ ਤੇ ਜਾਣਾ ਤੇ ਮੈਂ ਲੱਗੀ ਰਵਾਂ। ਇਹ ਨਾ ਹੋਏ ਕਿਤੇ ਮੇਰੇ ਵਰਗੀ ਫਿਰ ਬਿਮਾਰ ਪੈ ਜਾਏ ਦੂਜੇ ਤੀਜੇ ਦਿਨ ਤੇ ਮੇਰੇ ਕੋਲ ਜਿਮ ਹੀ ਨਾ ਜਾਇਆ ਜਾਏ। ਅੱਜ ਤਾਂ ਮੈਨੂੰ ਬੜਾ ਚਾਅ ਆਏ ਕਿ ਮੈਂ ਜਿਮ ਜਾਣਾ, ਮੈਂ ਜਿਮ ਜਾਣਾ, ਤੇ ਬਾਅਦ ਚ ਇਹ ਪਤਾ ਲੱਗੇ ਕਿ ਦੋ ਦਿਨ ਬਾਅਦ ਸੋਨੂੰ ਫਿਰ ਬਿਮਾਰ ਹੋ ਗਈ ਤੇ ਫਿਰ ਨੀ ਜਾਇਆ ਗਿਆ। ਤੇ ਕੋਸ਼ਿਸ਼ ਮੇਰੀ ਇਹੀ ਹੈ, ਮੋਰਨਿੰਗ ਟਾਈਮ ਵੀ ਹੈਗਾ ਜਿਮ ਦਾ ਤੇ ਮੋਰਨਿੰਗ ਚ ਕੋਸ਼ਿਸ਼ ਹੈ। ਅਵਤਾਰ ਕਹਿੰਦੇ ਮੈਂ ਵੀ ਜੁਆਇਨ ਕਰਨੀ ਹੈ, ਪਰ ਅਵਤਾਰ ਦਾ ਤੁਹਾਨੂੰ ਪਤਾ ਕੰਮ ਕਰ ਕਿਵੇਂ ਦਾ, ਤੇ ਕਹਿੰਦੇ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਸ਼ਾਮ ਨੂੰ ਤੂੰ 5:30 ਆ ਜਾਇਆ ਕਰ, ਜੇ ਮੈਂ 7 ਵਜੇ ਫ੍ਰੀ ਹੋ ਗਿਆ ਤਾਂ ਉੱਥੇ ਆ ਜਾਇਆ ਕਰੂੰਗਾ, ਉੱਥੇ ਲੈਪਟੋਪ ਜੇ ਕੋਈ ਕੰਮ ਆਇਆ ਤਾਂ ਮੈਂ ਉੱਥੇ ਖੋਲ੍ਹ ਕੇ ਕਰ ਲਿਆ ਕਰੂੰਗਾ। ਬਾਕੀ ਦੇਖਦੇ ਹਾਂ, ਬਣੇ ਰਹੋ ਵਲੌਗ ਦੇ ਵਿੱਚ ਕੀ ਬਣਦਾ ਕੀ ਨਹੀਂ, ਤੁਹਾਨੂੰ ਪਤਾ ਹੀ ਹੈ ਸਾਡੇ ਕੰਮ ਇਹੋ ਜਿਹੇ ਹੁੰਦੇ ਨੇ। ਇੱਧਰ ਮੈਂ ਦਰਵਾਜ਼ੇ ਪੂਜੇ ਲਾ ਦਾਂ ਅਤੇ ਆਪਾਂ ਚੱਲੀਏ, ਅਤੇ ਮੈਂ ਜਾਣਾ ਸਕੂਟੀ 'ਤੇ, ਅਵਤਾਰ ਦੇ ਆਫਿਸ ਦੇ ਕੋਲ ਹੀ ਜਿੰਮ ਹੈ ਅਤੇ ਮੈਂ ਫੋਨ ਕਰ ਦੂੰਗੀ ਅਵਤਾਰ ਨੂੰ, ਅਵਤਾਰ ਗੱਲ ਕਰ ਆਏ ਹਨ ਅਤੇ ਬਾਕੀ ਜਾ ਕੇ ਦੇਖਦੇ ਹਾਂ। ਬੈਲਟ ਲੈ ਲਈਏ ਆਪਾਂ, ਹੈ ਨਾ, ਸਕੂਟਰੀ 'ਤੇ ਜਾਣਾ, ਬੈਲਟ ਬੁਲਟ ਲਾ ਕੇ ਚੱਲੀਏ ਕਿਤੇ ਲੱਕ ਲੁੱਕ ਫਿਰ ਹਿੱਲ ਜੇ। ਅਤੇ ਚਲੋ ਜੀ, ਬਾਏ ਬਾਏ ਸਾਰਿਆਂ ਨੂੰ, ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ, ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਾਏ ਬਾਏ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ, ਆਪਾਂ ਮਿਲਾਂਗੇ ਤੁਹਾਨੂੰ ਅਗਲੇ ਵਲੌਗ 'ਚ, ਜਿਮ ਦੇ ਵਲੌਗ 'ਚ ਮਿਲਾਂਗੇ ਜ਼ਰੂਰ।